ਅਸਲਾਮ ਵਾਲੇਕੁਮ, ਕਿਆ ਹਾਲ ਚਾਲ ਹੈ? ਤੁਸੀਂ ਕਹਿਣਾ ਬਾਹਰ ਹੀ ਰਹਿੰਦੀ ਹੈ, ਕੀ ਕਰੀਏ ਇੱਥੇ ਜਦੋਂ ਸਾਰੇ ਕੰਮ ਆਪੇ ਕਰਨੇ ਹੁੰਦੇ, ਫਿਰ ਬੰਦਾ ਬਾਹਰ ਹੀ ਰਹਿੰਦਾ। ਮੌਸਮ ਅੱਜ ਬਹੁਤ ਅੱਛਾ ਤਾ ਅਤੇ ਮੇਰੇ ਕੋਲ ਖਬਰ ਵੀ ਬਹੁਤ ਅੱਛੀ ਹੈ, ਅਤੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਕੁਛ ਫੁੱਲ ਸ਼ੁੱਲ ਖਰੀਦ ਲੈਂਦੇ ਹਾਂ, ਕਿਉਂਕਿ ਮੇਰੇ ਘਰ ਮੇ ਫੁੱਲ ਬੜੇ ਹੋਏ ਅੱਛੇ ਲੱਗਦੇ ਹੈ। ਕਰਨ ਮੈਂ ਬਾਹਰ ਗਰੋਸਰੀ ਆਈ ਹਾਂ, ਲੇਕਿਨ ਕਿਉਂਕਿ ਅਸੀਂ ਹੋਲੈਂਡ 'ਚ ਹਾਂ ਅਤੇ ਸਾਰੀ ਗੱਲ ਮੌਸਮ ਹੈ ਟਿਊਲਿਪ ਦਾ, ਅਤੇ ਫਿਰ ਮੈਂ ਕਿਹਾ ਚਲੋ ਟਿਊਲਿਪ ਖਰੀਦ ਲੈਂਦੀ ਹਾਂ, ਅਤੇ ਥੋੜ੍ਹੀਆਂ ਜਿਹੀਆਂ ਮੈਨੂੰ ਘਰ ਦੀਆਂ ਚੀਜ਼ਾਂ ਖਰੀਦਣੀਆਂ ਸੀ। ਅੱਛਾ ਜੀ, ਤੁਸੀਂ ਵੀ ਸਾਰੇ ਪੁੱਛਦੇ ਪਏ ਸੀ ਕੀ ਬਣਿਆ ਕੀ ਬਣਿਆ, ਤੁਸੀਂ ਰਿਸ਼ਤਾ ਵੇਖ ਕੇ ਆਏ ਹੋ, ਅਤੇ ਉਹ ਰਿਸ਼ ਮਤਲਬ ਜੋ ਹਮਨੇ ਦੇ ਜੋ ਵੀ ਅਸੀਂ ਵੇਖਿਆ, ਅਤੇ ਤੁਸੀਂ ਸਾਰੇ ਪੁੱਛਦੇ ਪਏ ਸੀ ਉਹਦਾ ਕੀ ਬਣਿਆ। ਮੈਨੂੰ 110% ਯਕੀਨ ਸੀ ਕਿ ਇਨਕਾਰ ਹੋਣਾ। ਮੈਂ ਕਿਹਾ ਕਿੱਥੇ ਜਿੰਨੀਆਂ ਮੈਂ ਚਵਲਾਂ ਮਾਰੀਆਂ, ਮੁੰਡੇ ਨਾਲ ਮੈਂ ਕੋਈ ਗੱਲ ਨਹੀਂ ਕੀਤੀ, ਮੈਨੂੰ ਕਹਿੰਦੇ ਮੈਂ ਕੀ ਕਰਾਂ, ਮੈਂ ਕਿਹਾ ਤੁਸੀਂ ਜਾਓ, ਕਹਿੰਦੇ ਹੈ ਮੈਂ ਜਾਵਾਂ, ਮੈਂ ਕਿਹਾ ਹਾਂਜੀ ਜਾਓ, ਅਤੇ ਮੈਂ ਕਿਹਾ ਐ ਨਹੀਂ ਹਾਂ ਹੋ ਇਹ ਹਾਂ ਹੋ ਹੀ ਨਹੀਂ ਸਕਦੀ, ਲੇਕਿਨ ਉਹਨਾਂ ਨੂੰ ਮੈਂ ਪਸੰਦ ਆਈ ਹਾਂ। ਵੈਸੇ ਹੈ ਰਜੀਬ, ਮੈਨੂੰ ਥੋੜ੍ਹਾ ਜਿਹਾ ਲੱਗਿਆ ਸੀ, ਕਹਿੰਦੇ ਨਹੀਂ ਸਾਨੂੰ ਕੁੜੀ ਪਸੰਦ ਹੈ ਬਈ, ਔਰ ਫਿਰ ਉਹਨਾਂ ਨੇ ਮਤਲਬ ਮੇਰੇ ਬਾਬਾ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਤੁਹਾਡੀ ਧੀ ਪਸੰਦ ਹੈ। ਖੈਰ ਮੇਰੇ ਪਾਪਾ ਨੂੰ ਵੀ ਸ਼ੌਕ ਲੱਗ ਗਿਆ ਹੋਣਾ ਕਿ ਕਿੰਝ ਪਸੰਦ ਆ ਗਈ, ਲੇਕਿਨ ਖੈਰ ਉਹ ਕਹਿੰਦੇ ਸਾਨੂੰ ਪਸੰਦ ਹੈ। ਸੋ ਜੀ, ਮੈਨੇ ਤਾਂ ਉਸੇ ਦਿਨ ਪਾਪਾ ਕੋ ਕਹਿ ਦਿਆ ਥਾ, ਮੈਂ ਕਿਹਾ ਹਾਂ ਪਾਪਾ ਮੁੰਡਾ ਠੀਕ ਹੈ, ਮੁੰਡਾ ਠੀਕ ਹੈ, ਬਾਕੀ ਤੁਸੀਂ ਦੇਖ ਲਓ। ਤੋ ਫਿਰ ਜੀ ਹਾਂ ਹੋ ਗਈ, ਇੰਝ ਹੀ ਹਾਂ ਹੋ ਜਾਂਦੀ ਹੁੰਦੀ ਹੈ, ਮੈਨੂੰ ਇਹ ਨਹੀਂ ਪਤਾ, ਲੇਕਿਨ ਉਹ ਕਹਿੰਦੇ ਸਾਨੂੰ ਕੁੜੀ ਪਸੰਦ। ਮੈਂ ਸੀ ਖੈਰ ਉਹਨਾਂ ਨੇ ਕਿਹਾ ਕਿ ਸਾਨੂੰ ਕੁੜੀ ਪਸੰਦ ਹੈ, ਅਤੇ ਤੁਸੀਂ ਦੱਸੋ ਅੱਗੋਂ ਕੀ ਕਰਨਾ ਹੈ। ਫੈਮਲੀਜ਼ ਦੋਨੋਂ ਪਾਕਿਸਤਾਨ ਮੈਂ ਮਿਲੀ, ਉਹਨਾਂ ਦੀ ਫੈਮਲੀ ਆਈ ਸਾਡੇ ਨਾਲ, ਬਾਅਦ ਚੋਂ ਸਾਡੀ ਫੈਮਲੀ ਗਈ ਉਹ ਨਾਲ, ਅਤੇ ਦੋਵਾਂ ਨੇ ਕਿਹਾ ਸਾਨੂੰ ਵੀ ਫੈਮਲੀਜ਼ ਵੀ ਪਸੰਦ ਹੈ। ਹੁਣ ਇੱਥੇ ਮੈਂ ਇਹ ਵਾਜ਼ਾ ਕਰਦਾ ਕਿ ਉਹ ਮੈਨੂੰ ਨਹੀਂ ਮਿਲੇ, ਮਤਲਬ ਕਿ ਉਹਨਾਂ ਦੀ ਫੈਮਲੀ ਮੈਨੂੰ ਨਹੀਂ ਮਿਲੀ, ਕਿਉਂਕਿ ਦੋਵਾਂ ਦੀ ਫੈਮਲੀ ਪਾਕਿਸਤਾਨ ਦੀ ਹੈ, ਮੇਰੀ ਫੈਮਲੀ ਉਹਨਾਂ ਨੂੰ ਨਹੀਂ ਮਿਲੀ ਸੀ। ਹਾਲੀ ਸਿਰਫ ਅਸੀਂ ਇੱਕ ਦੂਸਰੇ ਨੂੰ 1-to-1 ਮਿਲਿਆ, ਅਤੇ ਬਾਕੀ ਫੈਮਲੀਜ਼ 'ਚ ਸਾਡੀ ਜਿਹੜੀ ਗੱਲ ਹੈ ਉਹ ਸਿਰਫ ਵੀਡੀਓ ਕਾਲ 'ਤੇ ਹੋਈ ਹੈ। ਬਾਹਰ ਆਈ ਮੈਂ ਕਿਹਾ ਚਲੋ ਥੋੜ੍ਹਾ ਜਿਹਾ, ਮੈਨੂੰ ਨਾ ਥੋੜ੍ਹਾ ਜਿਹਾ ਮੇਰਾ ਦਿਲ ਘਬਰਾ ਰਿਹਾ ਸੀ, ਅਸੀਂ ਕਿਹਾ ਗੋਲਾ ਖਾਂਦੇ ਹਾਂ ਠੰਡਾ ਜਿਹਾ ਬਣਾ ਕੇ, ਅਤੇ ਮੈਂ ਦੇਖੋ ਆ ਕੇ ਬਣਵਾ ਕੇ ਜਾਣਾ ਨਾ, ਮੈਂ ਕਿਹਾ ਚਲੋ ਜੇ ਇੱਥੇ ਗੋਲਾ ਲੱਭਦਾ ਹੀ ਪਿਆ ਅਤੇ ਖਾ ਲੈਂਦੇ ਹਾਂ, ਵੇਖਦੇ ਇਹਨਾਂ ਦਾ ਟੇਸਟ ਕੈਸਾ ਹੁੰਦਾ। ਮੈਂ ਲੇਕਿਨ ਅੱਛਾ ਸੀ ਯਾਰ ਗੋਲਾ, ਬਹੁਤ ਅੱਛਾ ਸੀ, ਤੁਹਾਨੂੰ ਮੈਂ ਫੋਟੋ ਖਾਂਦੀ ਇਹਦੀ ਕੋਲੋਂ ਨੇੜੇ ਹੋ ਕੇ। ਯਮ ਸੀ, ਮੈਂ 3 ਫਲੇਵਰ ਇਹਦੇ ਪਾਏ ਸੀ ਅਤੇ ਬਹੁਤ ਯਮ ਸੀ, ਮਤਲਬ ਮੈਂ ਇਹਦੇ 'ਤੇ ਮੈਂਗੋ ਪਾਇਆ, ਮੈਂ ਇਹਦੇ 'ਤੇ ਕੰਡੈਂਸ ਮਿਲਕ ਪਾਇਆ, ਅਤੇ ਇੱਕ ਮੈਂ ਸਟ੍ਰੋਬਰੀ ਪਵਾ ਲਿਆ ਸੀ। ਉਸ ਤੋਂ ਬਾਅਦ ਮੈਂ ਘਰ ਆ ਗਈ ਅਤੇ ਮੇਰੇ ਜ਼ਿਹਨ 'ਚ ਐਸੀ ਹੈ ਹਾਂ ਕਿੰਝ ਹੋ ਗਈ, ਮਤਲਬ ਤੁਸੀਂ ਕਿੰਝ ਕਹਿ ਸਕਦੇ ਹੋ ਕਿ ਮਤਲਬ ਇੰਝ ਹਾਂ ਹੋ ਗਈ। ਮੈਂ ਪੁੱਛਿਆ ਪਾਪਾ ਦਾ ਹਰਾ ਨੂੰ, ਪਾਪਾ ਕਹਿੰਦੇ ਇੰਝ ਹੀ ਹੁੰਦਾ ਹੁੰਦਾ, ਮੈਂ ਕਿਹਾ ਹੈ ਕਿੰਝ ਹੁੰਦਾ, ਕਹਿੰਦੇ ਇੰਝ ਹੀ ਹੁੰਦਾ। ਖੈਰ ਸਭ ਤੋਂ ਪਹਿਲਾਂ ਫਿਰ ਮੈਂ ਨਾ ਆਵਾਜ਼ ਲਾਇਆ, ਮੈਂ ਕਿਹਾ ਚਲੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਫੁੱਲ ਲਿਆਉਂਦੇ ਆ ਉਹ ਪਾਉਂਦੀ ਹਾਂ, ਲੇਕਿਨ ਮੈਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਵੀ ਸੀ ਕਿਉਂਕਿ ਮੇਰੀ ਇੰਨੀ ਗੱਲ ਛਲ ਹੋਈ ਨਹੀਂ ਸੀ ਹੋਈ, ਅਤੇ ਮੈਂ ਕਿਹਾ ਹੈ ਇੰਝ ਮੈਂ ਇੱਕ ਦਫ਼ਾ ਮਿਲ ਕੇ ਆਈ ਹਾਂ ਅਤੇ ਤੁਸੀਂ ਹਾਂ ਕਰਤੀ ਹੈ, ਅਤੇ ਅੱਗੋਂ ਅੱਛਾ ਹਾਂ ਤਾਂ ਕਰ ਦਿੱਤੀ, ਹੁਣ ਅੱਗੋਂ ਇਹ ਸੋਚਦੇ ਪਏ ਸੀ ਕਿ ਅੱਗੋਂ ਕੀ ਕਰਨਾ ਹੈ। ਮੈਂ ਕਿਹਾ ਅੱਗੋਂ ਕੀ ਕਰਨਾ ਪਾਪਾ, ਪਾਪਾ ਨੇ ਵਿਆਹ ਕਰੀਦਾ ਹੈ ਜਦੋਂ ਹਾਂ ਹੋ ਜਾਂਦੀ ਹੈ। ਮੈਂ ਕਿਹਾ ਇੰਝ ਕਿੰਝ ਹੋ ਸਕਦਾ, ਐਡੀ ਛੇਤੀ ਤੁਸੀਂ ਮਤਲਬ ਵਿਆਹ ਹੀ ਕਰ ਦੋਗੇ, ਹਾਲੀ ਤਾਂ ਮੈਂ ਇੱਕ ਦਫ਼ਾ ਮੁੰਡੇ ਨੂੰ ਮਿਲੀ ਹਾਂ। ਠਹਿਰ ਜਾਓ, ਸਬਰ ਕਰੋ, ਵੇਖਦੇ ਹਾਂ ਕੀ ਕਰਨਾ ਹੈ ਕੀ ਨਹੀਂ ਕਰਨਾ। ਲੇਕਿਨ ਪਾਪਾ ਕਹਿੰਦੇ ਬਈ ਸਾਨੂੰ ਫੈਮਲੀ ਪਸੰਦ ਆਈ ਹੈ, ਤੁਸੀਂ ਆਪਣਾ ਵੇਖ ਲਓ, ਮਤਲਬ ਕਿ ਹਮੇ ਫੈਮਲੀਜ਼ ਹਮ ਇੱਕ ਦੂਸਰੇ ਸੇ ਮਿਲੇ ਹਾਂ ਤੋ ਹਮੇ ਜੋ ਲੋਕ ਹੈ ਹਮ ਇੱਕ ਦੂਸਰੇ ਕੋ ਅੱਛੇ ਲਗੇ ਹੈ। ਤੁਮ ਵੀ ਕਹਿ ਰਹੀ ਥੀ ਲੜਕਾ ਠੀਕ ਹੈ, ਲੜਕੇ ਨੇ ਵੀ ਕਹਿ ਦਈਏ ਕਿ ਲੜਕੀ ਮੁੰਜੇ ਪਸੰਦ ਆਈ ਹੈ, ਦਟਸ ਫਾਈਨ, ਮਤਲਬ ਵਟਸਐਪ ਇੱਕ ਦੀ ਲਾ ਕੇ ਕਿਆ ਸੋਚਣਾ, ਬਸ ਠੀਕ ਹੈ ਅੱਗੋਂ ਹੁਣ ਵੇਖ ਲੈਂਦੇ ਹਾਂ, ਇੰਝ ਹੀ ਰਿਸ਼ਤੇ ਤੈਅ ਹੋ ਜਾਂਦੇ ਨੇ। ਮੈਂ ਘਰ ਆ ਕੇ ਮੈਂ ਗਰੋਸਰੀ ਸਾਹਮਣ ਨਹੀਂ ਹਾਂ, ਮੈਂ ਕਿਹਾ ਹੈ ਮਤਲਬ, ਅਤੇ ਉਹਨਾਂ ਅੱਛਾ ਜੀ ਉਹਨਾਂ ਮਿਠਾਈ ਵੀ ਖਵਾ ਛੱਡੀ ਇੱਕ ਦੂਜੇ ਨੂੰ ਨਾ, ਪਾਕਿਸਤਾਨ 'ਚ ਇੱਕ ਦੂਜੇ ਨੇ ਮਿਠਾਈ ਵੀ ਖਾ ਖੋ ਲਈ, ਮਤਲਬ ਮੇਰਾ ਰਿਸ਼ਤਾ ਪੱਕਾ ਹੋ ਰਿਹਾ।
ਮੈਨੂੰ ਤੁਸੀਂ ਕਹਿ ਰਹੇ ਹੋ ਮੇਰਾ ਤੁਸੀਂ ਵਿਆਹ ਕਰਨਾ, ਕੁਛ ਮੈਨੂੰ ਵੀ ਤਾਂ ਖਵਾਓ, ਕੁਛ ਮੈਨੂੰ ਵੀ ਤਾਂ ਦਿਵੋ। ਮਤਲਬ ਉਹ ਕਿਆ ਜੋ ਪਾਕਿਸਤਾਨ ਮੇਂ ਹੋਤਾ ਹੈ, ਉਹ ਜਿਹੜੇ ਪੈਸੇ ਵੈਸੇ ਮਿਲਦੇ ਨੇ ਅਤੇ ਰਸਮਾਂ ਸ਼ਸਮਾਂ ਹੁੰਦੀਆਂ ਨੇ, ਅਤੇ ਲੇਕਿਨ ਕਹਿੰਦੇ ਨੇ ਇੱਥੇ ਕੁਛ ਵੀ ਨਹੀਂ। ਮੈਂ ਇੱਥੇ ਦੁੱਧ ਦਹੀਂ ਆਂਡੇ ਆਲੂ ਆਪਣੇ ਘਰ ਦੇ ਲਿਆ ਕੇ ਪੂਰੇ ਕਰਨ ਦਈ ਹਾਂ, ਅਤੇ ਮੇਰੇ ਘਰ ਵਾਲੇ ਦਾਵਤਾਂ ਖਾ ਰਹੇ ਨੇ, ਮੇਰੇ ਸਸੁਰਾਲ ਜਾ ਕੇ, ਮਤਲਬ ਮੇਰੇ ਹੋਣ ਵਾਲੇ ਸਸੁਰਾਲ ਜਾ ਕੇ ਉਹ ਦਾਵਤਾਂ ਖਾ ਰਹੇ ਨੇ, ਰੋਟੀਆਂ ਖਾ ਰਹੇ ਨੇ। ਅਤੇ ਮਤਲਬ ਮੈਂ ਇੱਥੇ ਦਹੀਂ ਲਿਆਵਾਂ, ਦੁੱਧ ਲਿਆਵਾਂ, ਆਲੂ ਲਿਆਵਾਂ, ਆਂਡੇ ਲਿਆਵਾਂ, ਘਰ ਦਾ ਸਮਾਨ ਪੂਰਾ ਕਰਾਂ, ਅਤੇ ਤੁਸੀਂ ਉੱਥੇ ਬਹਿ ਕੇ ਰੋਟੀਆਂ ਖਾਓ? ਇੰਜ ਥੋੜ੍ਹੀ ਨਾ ਹੁੰਦਾ। ਲੇਕਿਨ ਜੀ ਉਹ ਕਹਿੰਦੇ ਇੰਜ ਹੀ ਹੁੰਦਾ ਜੀ, ਮਤਲਬ ਅਬ ਨਾ ਆਪ ਆ ਸਕਤੀ ਹੈ ਨਾ ਵੋ ਆ ਸਕਤੇ ਹੈ, ਤੋ ਫਿਰ ਐਸੇ ਹੀ ਯਹਾਂ ਪੇ ਹਾਂ ਹੋਤੀ ਹੋਤੀ ਹੈ ਜੀ, ਹਾਂਜੀ ਹਾਂਜੀ ਐਸੇ ਹੀ ਹੋਤੀ ਹੈ। ਤੋ ਮੈਨੇ ਕਿਹਾ ਅੱਛਾ ਠੀਕ ਹੈ, ਜੇ ਇੰਜ ਹੀ ਹੁੰਦੀ ਹੈ ਤਾਂ ਫਿਰ ਇੰਜ ਹੀ ਹੁੰਦੀ ਹੋਏਗੀ। ਤੋ ਜੀ ਓਫਿਸ਼ਲੀ ਇੰਗੇਜਡ ਹੋ ਗਏ ਹੈ, ਤੋ ਮੈਂ ਅਭੀ ਆਪਕੋ ਰਿੰਗ ਵੀ ਦਿਖਾਤੀ ਹੂੰ ਜੋ ਮੁਝੇ ਆਈ ਹੈ ਉਨਕੀ ਤਰਫ ਸੇ। ਤੋ ਹਾਂਜੀ ਹੁਣ ਅੱਗੋਂ ਵੇਖੋ ਅਸੀਂ ਕੀ ਕਰਨਾ ਹੈ, ਮੈਨੂੰ ਨਹੀਂ ਪਤਾ ਅੱਗੇ ਕੀ ਹੋਣਾ ਹੈ। ਅਤੇ ਫਿਰ ਸਟੇ ਟਿਊਨਡ, ਫਿਰ ਮਿਲਦੇ ਹਾਂ ਅਗਲੇ ਵਲੌਗ 'ਚ। ਤੁਹਾਨੂੰ ਹਾਲੇ ਤੱਕ ਇਹ ਵਲੌਗ ਪਸੰਦ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਉ। ਫਿਰ ਮਿਲਦੇ ਹਾਂ, ਅੱਲਾ ਹਾਫਿਜ਼।